ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Well, we have some things and scenery also in German. In Germany, they are also like Germans. So, but we're going to start do more prachar in German as well, hopefully, Guru Sahib Pakam. So, as everyone knows, we are going to start with Kali Dwali. So, I thought that we are going to start with a little bit of the Bairag topic. In that case, we are going ਸ਼ਬਦ ਪੜ੍ਹਾਂਗੇ। ਜਿਵੇਂ ਭਾਈ ਸਾਹਿਬ ਹੋਣਾ ਨੇ ਕਿਹਾ ਹੈ ਕਿ ਛਤਰੀ ਕੋ ਪੂਤ ਹੋ ਬ੍ਰਾਹਮਣ ਕੋਨਾ ਹੈ। ਵੀ ਸ਼ੁੱਡ ਬੀ ਪ੍ਰਾਊਡ ਆਫ ਆਵਰ ਫਾਦਰ, ਵੀ ਸ਼ੁੱਡ ਬੀ ਪ੍ਰਾਊਡ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ। ਸਾਨੂੰ ਮਾਣ ਕਰਨਾ ਚਾਹੀਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਅਤੇ ਜਿਨ੍ਹਾਂ ਨੇ ਸਾਨੂੰ ਸ਼ਸਤਰਧਾਰੀ ਬਣਾਇਆ ਹੈ। ਸੋ ਜਦੋਂ ਇਹ ਰਹਿਤਨਾਮਿਆਂ ਦੇ ਵਿੱਚ ਆਉਂਦਾ ਆ, ਦੋ ਗ੍ਰੰਥ ਮੈਂ ਬਾਣੀ ਜੋਈ ਚੁਣ ਚੁਣ ਕੰਠ ਕਰੇ ਸਿੱਖ ਸੋਈ, ਵੀ ਇਹਨਾਂ ਦੋਨਾਂ ਗ੍ਰੰਥਾਂ ਦੇ ਵਿੱਚ ਜਿਹੜੀ ਬਾਣੀ ਹੈ, ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਔਰ ਇੱਕ ਸ਼੍ਰੀ ਦਸਮ ਗ੍ਰੰਥ ਜੀ, ਜੋ ਕਿ ਇਹਨਾਂ ਦੀ ਬਾਣੀ ਮਤਲਬ ਕੰਠ ਕਰਨੀ ਹਰ ਇੱਕ ਸਿੱਖ ਨੂੰ ਲਾਜ਼ਮੀ ਹੈ। ਜਿਵੇਂ ਭਾਈ ਸਾਹਿਬ ਜੀ ਹੁਣੀ ਕਥਾ ਕਰਦੇ ਸੀਗੇ ਦਸਮ ਬਾਣੀ ਦੀ, ਬਹੁਤ ਮਨ ਨੂੰ ਪ੍ਰਸੰਨਤਾ ਹੋਈ। ਸੁਦਾਸ ਚੰਡੀ ਦੀ ਵਾਰ ਦੇ ਵਿੱਚੋਂ ਇੱਕ ਛੋਟਾ ਜਿਹਾ ਸ਼ਬਦ, ਇੱਕ ਪੌੜੀ ਆਪ ਜੀ ਨੂੰ ਸਰਵਣ ਕਰਾਵੇਗਾ, ਉਸ ਤੋਂ ਗਾਂਹ ਹੀ ਵਧਾਂਗੇ ਅੱਗੇ। ਦੁਆ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ, ਕਿਸ ਤਰ੍ਹਾਂ ਗੁਰੂ ਦੇ ਪਿਆਰੇ ਆਹਮੋ ਸਾਹਮਣੇ ਕਿਸ ਤਰ੍ਹਾਂ ਯੁੱਧ ਦਾ ਜਿਹੜਾ ਆ ਸੀਨ ਉਹ ਮਹਾਰਾਜ ਨੇ ਕਿਸ ਤਰ੍ਹਾਂ ਲਿਖਿਆ, ਵੀ ਢੋਲ ਸੰਖ ਅਤੇ ਨਗਾਰੇ ਵੱਜ ਰਹੇ ਨੇ, ਰਾਕਸ ਆਏ ਰੋਹਲੇ, ਤਰਵਾਰੀ ਬਖਤਰ ਸੱਜੇ, ਆਪੋ ਆਪੇ ਬਸਤਰ ਤਿਆਰ ਵਰ ਤਿਆਰ, ਸਿੰਘਾਂ ਨੇ ਕਮਰ ਕੱਸੇ ਢਾਲਾਂ ਕਿਰਪਾਨਾਂ, ਬਖਤਰ ਆਪਣੇ ਸਜਾ ਕਰਕੇ ਸਾਰੇ ਤਿਆਰ ਵਰ ਤਿਆਰ ਹੋਏ ਨੇ, ਜੁੱਟੇ ਸੋਏ ਯੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਆਪ ਕਰਦੇ ਨੇ, ਕਹਿੰਦੇ ਨੇ ਵੀ ਇੱਕ ਦੋ ਇੱਕ ਚੜ੍ਹਨਦੀਆਂ ਕੌਣ ਜਾਣਾ ਮੇਰਾ ਨਾਮ ਜੀ, ਉਹ ਵੀ ਇੱਕ ਦੋ ਚੜ੍ਹ ਕੇ ਚੜ੍ਹਦੀ ਕਲਾ ਤੋਂ ਚੜ੍ਹਦੀ ਕਲਾ ਇੱਕ ਸਿੰਘ ਹੋ ਕਰਕੇ ਇੱਕ ਜਾਤ ਨਾ ਜਾਣਨ ਭੱਜੇ, ਬਿਲਕੁਲ ਨਹੀਂ ਭੱਜੇ, ਬਿਲਕੁਲ ਉਹਨਾਂ ਨੇ ਇੱਕ ਸਟੈਪ ਵੀ ਪਿੱਛੇ ਨਹੀਂ ਲਿਆ। ਗੁਰੂ ਸਾਹਿਬ ਜੀ ਦਾ ਥਾਪੜਾ ਸੀਗਾ। ਸੋ ਅੱਗੇ ਫਿਰ ਮਹਾਰਾਜ ਕਹਿੰਦੇ ਨੇ, ਖੇਤ ਅੰਦਰ ਜੋਧੇ ਗੱਜੇ, ਵੀ ਉਸ ਖੇਤ ਦੇ ਵਿੱਚ ਜਿਹੜਾ ਆਹਮੋ ਸਾਹਮਣਾ ਟਾਕਰਾ ਹੋ ਰਿਹਾ ਸੀਗਾ, ਉਸ ਦੇ ਵਿੱਚ ਜੋਧੇ ਜੁਝਾਰੂ ਉਹ ਗੱਜੇ। ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਜੋਧੇ, ਉਹਨਾਂ ਦੀ ਅੱਜ ਵੀ ਲੋੜ ਆ ਥਾਂ ਥਾਂ 'ਤੇ। ਆਪ ਜੀ ਨੂੰ ਪਤਾ ਹੀ ਹੈ ਗੁਰੂ ਪਿਆਰਿਓ, ਬੇਅਦਬੀ ਹੋ ਰਹੀ ਹੈ, ਇਸ ਕਰਕੇ ਸਾਨੂੰ ਵੀ ਲੋੜ ਆ। ਜਿੱਥੇ ਮਹਾਰਾਜ ਨੇ ਭਗਤੀ ਬਖਸ਼ੀ ਆ, ਉੱਥੇ ਸ਼ਕਤੀ ਵੀ ਬਖਸ਼ੀ ਆ। ਸੋ ਇਸ ਕਰਕੇ ਛਤਰੀ ਕੋ ਪੂਤ ਹੋ ਬ੍ਰਾਹਮਣ ਕੋਨਾ ਹੈ, ਅਸੀਂ ਸ਼ਸਤਰਧਾਰੀ ਦੇ ਪੁੱਤਰ ਹਾਂ, ਥੋੜ੍ਹਾ ਜਿਹਾ ਮਾਣ ਕਰਕੇ ਅਸੀਂ ਵੀ ਸ਼ਸਤਰਧਾਰੀ ਹੋ ਜਾਈਏ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਅਸੀਂ ਸ਼ਸਤਰਧਾਰੀ ਹੋਈਏ, ਅਤੇ ਗਾਂ ਅਸੀਂ ਕਿਸੇ ਜ਼ੁਲਮ ਦਾ ਵੀ ਅਸੀਂ ਮੁਕਾਬਲਾ ਕਰ ਸਕਾਂਗੇ। ਸੋ ਅੱਗੇ ਦਾਸ, ਕਿਉਂਕਿ ਸਮਾਂ ਬਹੁਤ ਥੋੜ੍ਹਾ ਆ, ਦਾਸ ਆਪ ਜੀ ਦੇ ਨਾਲ ਸਿਰਫ ਇੱਕ ਛੋਟੀ ਜਿਹੀ ਇੱਕ ਬਰਾਗਮਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।
ਸ਼ਬਦ ਇਹ ਕਹਿ ਰਿਹਾ ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ। ਜਸਟ ਇਮੈਜਿਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਇੱਥੇ ਹੀ ਹਨ, ਸਾਡੇ ਕੋਲ ਹੀ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਇੱਥੇ ਬੈਠੇ ਹਨ। ਸਤਿਗੁਰ ਦਾਤਾ ਦਿਆਲ ਹੈ, ਸਤਿਗੁਰ ਜੀ ਦਿਆਲੂ ਕਿਰਪਾਲੂ ਜੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਿਆਲੂ ਨੇ। ਅੱਗੇ ਮਹਾਰਾਜ ਕਹਿੰਦੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖਿਆ ਬ੍ਰਹਮ ਇੱਕ ਸੋਏ। ਜਿਵੇਂ ਭਾਈ ਸਾਹਿਬ ਹੋਣਾ ਨੇ ਹੁਣੇ ਮੂਲ ਮੰਤਰ ਦੇ ਵੀ ਅਰਥ ਕਰਕੇ ਸਿਖਾਏ ਦੱਸੇ ਹਨ, ਔਰ ਇਹਨਾਂ ਦੇ ਯੂਟਿਊਬ ਚੈਨਲ ਤੇ ਵੀ ਆਪ ਜੀ ਦੇਖ ਸਕਦੇ ਹੋ। ਇੱਥੇ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਵੀ ਸਤਿਗੁਰ ਅੰਦਰੋਂ ਨਿਰਵੈਰ ਹੈ, ਵੀ ਕਿਸੇ ਨਾਲ ਵੈਰ ਵੀ ਨਹੀਂ ਕਰਦੇ ਸਤਿਗੁਰੂ ਜੀ। ਫਿਰ ਕਿਉਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਦੇ ਨਾਲ ਵੈਰ ਨਹੀਂ ਕਰਦਾ? ਜਿਹੜਾ ਵੀ ਆਉਂਦਾ ਇੱਥੇ ਇਸਨੂੰ ਸਾਰੇ ਹੀ ਰੀਝਾਂ ਮਹਾਰਾਜ ਪੂਰੇ ਕਰਕੇ ਦਿੰਦੇ ਹਨ, ਕਿਉਂਕਿ ਮਹਾਰਾਜ ਨੇ ਬ੍ਰਹਮ ਇੱਕ ਸੋਏ, ਸਾਰਿਆਂ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਦੇਖਿਆ। ਜਿਵੇਂ ਭਾਈ ਘਨੱਈਆ ਜੀ, ਉਹਨਾਂ ਨੇ ਸਾਰਿਆਂ ਨੂੰ ਇੱਕ ਦੇਖਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਵੀ, ਇਹ ਨਹੀਂ ਵੀ ਕੋਈ ਵੱਡਾ ਛੋਟਾ ਆ ਗਿਆ ਜਾਂ ਕੋਈ ਅਮੀਰ ਕੋਈ ਗਰੀਬ ਆ ਗਿਆ, ਉਹਨੂੰ ਜ਼ਿਆਦਾ ਦਿੱਤਾ ਉਹਨੂੰ ਘੱਟ ਦਿੱਤਾ। ਸਤਿਗੁਰੂ ਜੀ ਨਿਰਵੈਰ ਹਨ, ਨਿਰਵੈਰਾਂ ਨਾਲ ਜੇ ਵੈਰ ਚਲਾਏ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਈ। ਜਿਹੜੇ ਮੂਰਖ ਲੋਕ, ਮਾਫ਼ ਕਰਨਾ ਮੇਰੀ ਬੋਲੀ ਦਾ, ਮਗਰ ਮੈਂ ਤਾਂ ਇਹੀ ਕਹਾਂਗਾ, ਜਿਹੜੇ ਇਹ ਮੂਰਖ ਲੋਕ ਸਤਿਗੁਰਾਂ ਦੀ ਬੇਅਦਬੀ ਕਰ ਰਹੇ ਹਨ, ਉਹਨਾਂ ਦੇ ਪੱਥਾ ਇਹ ਆ, ਅਸੀਂ ਜੇ ਕਹਿ ਵੀ ਲਈਏ ਨਿਰਵੈਰਾਂ ਨਾਲ ਵੈਰ ਕਮਾਉਂਦੇ। ਸਤਿਗੁਰ ਜੀ ਨਿਰਵੈਰ ਹਨ ਤੇ ਨਿਰਵੈਰਾਂ ਦੇ ਨਾਲ ਉਹ ਵੈਰ ਕਮਾਉਂਦੇ ਹਨ। ਥਾਵਾਂ ਥਾਵਾਂ ਤੇ ਅੰਗ ਖਲਾਰ ਖਲਾਰ ਕੇ ਪਾੜ ਕੇ ਸੁੱਟਦੇ ਹਨ। ਉੱਥੇ ਲੋੜ ਹੈ ਸਾਨੂੰ ਸ਼ਸਤਰਧਾਰੀ ਹੋਣ ਦੀ ਗੁਰੂ ਪਿਆਰਿਓ। ਅੱਗੇ ਸਤਿਗੁਰ ਜੀ ਬਖਸ਼ਦੇ ਹਨ ਵੀ ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ? ਸਤਿਗੁਰ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦਾ ਭਲਾ ਮਨਾਉਂਦੇ ਹਨ। ਕੱਲਾ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ, ਇੱਕ ਸਿੱਖ ਵੀ, ਇੱਕ ਸਿੱਖ ਦੋ ਵਕਤ ਅਰਦਾਸ ਕਰਦਾ ਗੁਰੂ ਪਿਆਰਿਓ, ਔਰ ਕੀ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ। ਸਾਰੇ ਬੋਲੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇਹ ਸਿੱਖ ਕੌਮ ਹੈ ਜਿਹੜੀ ਸਾਰਿਆਂ ਦਾ ਭਲਾ ਮਨਾਉਂਦੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵਾਲਾ ਸਭਨਾਂ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ? ਕਿਉਂ ਇਹਨਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਾਰਿਆਂ ਦਾ ਭਲਾ ਮਨਾਉਂਦੇ ਹਨ, ਇਹਨਾਂ ਦੇ ਨਾਲ ਕਿਉਂ ਬੁਰਾ ਹੁੰਦਾ ਹੈ? ਸਾਡੇ 'ਚ ਆਪਣੇ 'ਚ ਕਮੀ ਹੈ ਜੀ, ਮਾਫ਼ ਕਰਨਾ, ਸਾਡੀ ਆਪਣੀ ਕਮੀ ਆ। ਇਸ ਕਰਕੇ ਜਿਵੇਂ ਭਾਈ ਸਾਹਿਬ ਹੋਣਾ ਨੇ ਕਿਹਾ, ਸ਼ਸਤਰਾਂ ਦਾ ਪਿਆਰ ਕਰੋ, ਸ਼ਸਤਰਧਾਰੀ ਹੋਵੋ, ਤਾਂ ਹੀ ਅਸੀਂ ਆਪ ਸੇਫਟੀ ਆਪਣੀ ਕਰ ਸਕਾਂਗੇ। ਅੱਗੇ ਸਤਿਗੁਰ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੱਸਦੇ ਹਨ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਸੋਏ। ਜਿੱਦਾਂ ਜਿੱਦਾਂ ਦੀ ਇੱਛਾ ਕੋਈ ਲੈ ਕੇ ਆਉਂਦਾ ਹੈ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ, ਉਸ ਤਰ੍ਹਾਂ ਦਾ ਫਲ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ ਕਰ ਦਿੰਦੇ। ਅਖੀਰਲੀ ਪੰਕਤੀ ਸਤਿਗੁਰ ਜੀ ਇਹ ਬਖਸ਼ਦੇ ਹਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਨਾਨਕ ਕਰਤਾ ਸਭ ਕੁਛ ਜਾਣਦਾ ਜਿੱਦੂ ਕਿਛ ਗੁੱਝਾ ਨਾ ਹੋਏ।
ਵਿਣ ਬੋਲਿਆ ਸਭ ਕੁਛ ਜਾਣਦਾ। ਇਹ ਬਿਨਾਂ ਬੋਲਿਆ ਤੋਂ ਸਤਿਗੁਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਛ ਜਾਣਦੇ ਹਨ। ਗੁਰੂ ਪਿਆਰਿਓ, ਅੱਜ ਅਸੀਂ ਰਲ ਮਿਲ ਕੇ ਇੱਕ ਅਰਦਾਸ ਜ਼ਰੂਰ ਕਰਨੀ ਹੈ। ਉਹ ਕਿਹੜੀ ਅਰਦਾਸ ਕਰਨੀ ਹੈ? ਅੱਗੇ ਆਪ ਜੀ ਰਹਿਰਸ ਦੇ ਵਿੱਚ ਸਰਵਣ ਵੀ ਕਰੋਗੇ। ਠਾੜ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਅਸੀਂ ਦਿਲੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਹ ਪੁਕਾਰ ਕਰਨੀ ਹੈ। ਠਾੜ ਭਇਓ ਮੈਂ ਜ਼ੋਰ ਕਰ ਦਾ ਮਤਲਬ ਇਹ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਮੈਂ ਖੜਾ ਆਪ ਜੀ ਦੇ ਦਰ ਤੇ ਹੱਥ ਜੋੜ ਕਰਕੇ। ਬਚਨ ਕਹਾ ਸਿਰ ਨਿਆਏ, ਮੈਂ ਆਪ ਜੀ ਦੇ ਅੱਗੇ ਬਚਨ ਅਰਦਾਸ ਕਰ ਰਿਹਾ ਹੱਥ ਜੋੜ ਕਰਕੇ ਤੇ ਅਸੀਸ ਨਿਵਾ ਕੇ। ਬਚਨ ਕਹਾ ਸਿਰ ਨਿਆਏ, ਕੀ ਬਚਨ ਕਰ ਰਿਹਾ, ਕੀ ਅਰਦਾਸ ਕਰ ਰਿਹਾ ਮੈਂ? ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜਿਸ ਦਾ ਪੰਥ ਸਿਰਜਣ ਹਾਰ ਆਪ ਜੀ ਹੋ, ਪੰਥ ਦੀ ਬੌੜੀ ਆਪ ਕਰਨੀ, ਆਪ ਸਹਾਇਤਾ ਕਰਨੀ, ਖਾਲਸੇ ਪੰਥ ਦੀ ਆਪ ਬਾਹ ਪਕੜੋ, ਬਾਹ ਫੜੋ ਖਾਲਸੇ ਪੰਥ ਦੀ। ਅਸੀਂ ਅੱਜ ਰਲ ਮਿਲ ਕੇ ਇਹ ਅਰਦਾਸ ਜ਼ਰੂਰ ਕਰਾਂਗੇ। ਇੱਕ ਵਾਰੀ ਅਸੀਂ ਸਾਰੇ ਪੜ੍ਹ ਲਈਏ, ਠਾੜ ਭਇਓ ਮੈਂ ਜ਼ੋਰ ਕਰ, ਠਾੜ ਭਇਓ ਮੈਂ ਜ਼ੋਰ ਕਰ, ਠਾੜ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ, ਜਬ ਤੁਮ ਕਰੋ ਸਹਾਇ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਪੰਥ ਦੀ ਬੌੜੀ ਆਪ ਕਰਨ, ਅੰਗ ਸੰਗ ਹੋ ਕੇ ਸਹਾਇਤਾ ਕਰਨ। ਜਿਵੇਂ ਭਾਈ ਸਾਹਿਬ ਹੋਣਾ ਨੇ ਵੀ ਕਿਹਾ, ਮੇਰੇ ਵੀ ਇਹੀ ਵਿਚਾਰ ਸਨ ਵੀ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ। ਅਸੀਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਹਾਂ, ਮਾਣ ਦੇ ਨਾਲ ਅਸੀਂ ਕਹਿ ਸਕਦੇ ਹਾਂ। ਪਰ ਅਸੀਂ ਸ਼ਸਤਰਧਾਰੀ ਦੇ ਪੁੱਤਰ ਹਾਂ, ਸੋ ਸਾਨੂੰ ਵੀ ਫਰਜ਼ ਇਹੀ ਸਾਡੇ ਬਣਦੇ ਹਨ, ਅਸੀਂ ਵੀ ਸ਼ਸਤਰ ਸਜਾਈਏ ਤਨ ਤੇ ਔਰ ਉਹਨਾਂ ਨੂੰ ਚਲਾਉਣੇ ਸਿੱਖੀਏ ਔਰ ਚਲਾਈਏ ਵੀ ਜਦੋਂ ਵਰਤਣੇ ਪੈਣ। ਸੋ ਇੰਨੀ ਕੁ ਬੇਨਤੀ ਦਾਸ ਆਪ ਜੀ ਦੇ ਸਨਮੁੱਖ ਹੋਇਆ ਸੀਗਾ। ਬਹੁਤ ਬਹੁਤ ਇਹਨਾਂ ਵੀਰ ਜੀਆਂ ਦਾ, ਸਾਰੇ ਇਹਨਾਂ ਦੇ ਔਰਗਨਾਈਜੇਸ਼ਨ ਦਾ ਧੰਨਵਾਦ, ਸਮੁੱਚੀ ਸੰਗਤ ਦਾ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਾ ਕੋਟ ਆਣ ਕੋਟ ਸ਼ੁਕਰ ਧੰਨਵਾਦ ਹੈ ਜਿਨ੍ਹਾਂ ਨੇ ਆਪ ਜੀ ਨੇ ਰੂਬਰੂ ਕਰਾਇਆ। ਦਾਸ ਦੀ ਇਹੀ ਵਾਰੰਵਾਰ ਬੇਨਤੀ ਹੈ ਵੀ ਅਸੀਂ ਰਲ ਮਿਲ ਕੇ ਅਰਦਾਸ ਕਰੀਏ ਸਤਿਗੁਰ ਦੇ ਚਰਨਾਂ ਦੇ ਵਿੱਚ। ਜੇ ਅਸੀਂ ਹੋਰ ਕੁਛ ਕਰ ਨਹੀਂ ਸਕਦੇ ਤਾਂ ਅਸੀਂ ਅਰਦਾਸ ਇਹ ਜ਼ਰੂਰ ਕਰੀਏ ਕਿ ਪੰਥ ਦੀ ਆਪ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਬਾਂਹ ਫੜੋ, ਸਹਾਇਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।